ਰੋਜੀ ਮੈਂ ਕਾਮਰਨ ਸਾਜਦ ਤੁਸੀਂ ਸਾਡਾ YouTube ਚੈਨਲ ਦੇਖ ਰਹੇ ਹੋ ਕਿਸਾਨ ਭਾਈ 332 ਅੱਜ ਦੀ ਜਿਹੜੀ ਸਾਡੀ ਵੀਡੀਓ ਆ ਇੱਕ ਗਧੇੜੀ ਦੇ ਉੱਤੇ ਆ ਜਿਹਨੂੰ ਮਿਲੀ ਭਗ ਵੀ ਕਹਿੰਦੇ ਆ ਤੇ ਇਹ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਕਿਸ ਤਰ੍ਹਾਂ ਦੇ ਇਹਦੇ ਨੁਕਸਾਨ ਆਤ ਔਰ ਕਿਦੋਂ ਇਹਦੇ ਤੇ ਬਚਣ ਦੇ ਅਮਲ ਦਰਾਮਦ ਕੀਤੇ ਜਾ ਸਕਦੇ ਆ ਸਾਨੂੰ ਇਹ ਦੱਸਣ ਲਈ ਸਾਡੇ ਨਾਲ ਅੱਜ ਮੌਜੂਦ ਆ ਜਨਾਬ ਕਾਸ਼ਫ ਸਾਹਿਬ ਬਾਇਓਟ੍ਰੈਕ ਦੇ ਸੇਲ ਮੈਨੇਜਰ ਆ ਇਹ ਸਾਨੂੰ ਇਹਦੇ ਬਾਰੇ ਵਿੱਚ ਮੁਕੰਮਲ ਮਾਲੂਮਾਤ ਦੇਣਗੇ ਕਿ ਕਿਸ ਤਰ੍ਹਾਂ ਇਹ ਗਧੇੜੀ ਤੋਂ ਬਚਿਆ ਜਾ ਸਕਦਾ ਕਿਹੜੀ ਕਿਹੜੀ ਚੀਜ਼ ਇਹਨਾਂ ਦੀ ਕਿਹੜੀ ਪ੍ਰੋਡਕਟ ਆ ਜਿਹੜੀ ਇਸਤੇਮਾਲ ਕਰਕੇ ਅਸੀਂ ਤੋਂ ਬਚ ਸਕਦੇ ਹਾਂ ਔਰ ਇਹਦੇ ਨੁਕਸਾਨ ਕੀ ਆ ਇਹ تفصیل ਸਾਨੂੰ ਦੱਸਣਗੇ ਤੇ ਇਹ ਵੀਡੀਓ ਪੂਰੀ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇਹਦੇ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਅਸਲਾਮੁਅਲੈਕਮ ਦੋਸਤੋ ਮੇਰਾ ਨਾਮ ਮੁਹੰਮਦ ਕਾਸ਼ਿਫ ਜਾਵੈਦ ਏਰੀਆ ਮੈਨੇਜਰ ਬਾਇਓਟ੍ਰੈਕ ਇੰਟਰਪ੍ਰਾਈਜ਼ਸ ਪੀਰ ਮਹਿਲ। ਦੋਸਤੋ ਅੱਜ ਜੈਸ ਟੌਪਿਕ ਤੇ ਅਸੀਂ ਗੱਲ ਕਰਾਂਗੇ ਉਹ ਹੈਗਾ ਵਾ ਮਿਲੀ ਬਗ ਗਧੇੜੀ ਜਿਹੜਾ ਕਿ ਸਾਡੇ ਏਰੀਆ ਦੇ ਵਿੱਚ ਕਿਨੂ ਦੀ ਫਸਲ ਦੇ ਉੱਪਰ ਬਹੁਤ ਜ਼ਿਆਦਾ ਨੁਕਸਾਨ ਦੇ ਕੀੜਾ ਹੈਗਾ ਵਾ। ਅਸੀਂ ਦੋਸਤੋ ਅੱਜ ਮੈਂ ਤੁਹਾਨੂੰ ਇਹਦੇ ਬਾਰੇ ਜੋ ਦੱਸਣਾ ਚਾ ਰਿਹਾ ਹਾਂ ਉਹ ਅਸੀਂ ਇਹਦੀ ਪੂਰੀ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਆ ਔਰ ਇਸ ਕੀੜੇ ਦਾ ਨੁਕਸਾਨ ਕੀ ਆ ਉਹਦੇ ਬਾਰੇ ਵਿੱਚ ਮੈਂ ਅੱਜ ਤੁਹਾਨੂੰ ਜ਼ਿਕਰ ਕਰਾਂਗਾ ਦੋਸਤੋ ਸਭ ਤੋਂ ਪਹਿਲੇ ਤੇ ਇਹ ਹੈ ਕਿ ਇਹ ਕੀੜਾ ਨੁਕਸਾਨ ਕਿਆ ਕਰਦਾ ਵਾ ਇਹ ਸਭ ਤੋਂ ਪਹਿਲੇ ਜਦੋਂ ਪੌਦੇ ਤੇ ਅਟੈਕ ਕਰਦਾ ਵਾ ਪੌਦੇ ਦੇ ਉੱਪਰ ਚਿਪਚਪਾਹਟ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਆ ਪੌਦੇ ਦੇ ਉੱਪਰ ਕਾਲੇ ਰੰਗ ਦੇ ਨਿਸ਼ਾਨ ਲੱਗਨੇ ਸ਼ੁਰੂ ਹੋ ਜਾਂਦੇ ਆ ਜਿਹੜਾ ਕਿ ਪੌਦੇ ਵਾਸਤੇ ਨੁਕਸਾਨਦੇ ਹੁੰਦਾ ਵਾ ਉਹਦੇ ਨਾਲ ਨੁਕਸਾਨ ਜ਼ਿਆਦਾ ਕੀ ਹੁੰਦਾ ਵਾ ਸਭ ਤੋਂ ਜ਼ਿਆਦਾ ਨੁਕਸਾਨ ਇਹ ਹੁੰਦਾ ਵਾ ਕਿ ਸਾਡੇ ਫਰੂਟ ਦੀ ਪ੍ਰੋਡਕਸ਼ਨ ਬਹੁਤ ਕਮ ਹੋ ਜਾਂਦੀ ਹੈ ਠੀਕ ਹੈ ਪੌਦਾ ਜਿਹੜਾ ਵਾ ਉਹਦੇ ਵਿੱਚ ਕਵਤ ਤੇ ਮੁਦਾਫਤ ਬਹੁਤ ਕਮ ਹੋ ਜਾਂਦੀ ਹੈ ਦੋਸਤੋ ਇਹਦੇ ਵਿੱਚ ਇਹ ਹੈ ਕਿ ਇਹਦਾ ਮੈਂ ਤੁਹਾਨੂੰ ਪੂਰਾ ਪ੍ਰੋਸੀਜਰ ਇੱਕ ਦੱਸਣਾ ਚਾ ਰਿਹਾ ਹਾਂ ਕਿ ਗਧੇੜੀ ਹੈ ਕਿ ਆਵਾ ਗਧੇੜੀ ਜਿਹੜੀ ਹੈਗੀ ਹੈ ਇਹ ਜੁਲਾਈ ਔਰ ਅਗਸਤ ਦੇ ਵਿੱਚ ਇਹਦੇ ਅੰਡੇ ਜ਼ਮੀਨ ਦੇ ਅੰਦਰ ਇਹ ਆਪਣੇ ਅੰਡੇ ਦਿੰਦੀ ਆ ਠੀਕ ਹੈ ਅੰਡੇ ਦੀਂਦਿਆ ਅੰਡੇ ਜਿਹੜੇ ਹੈਗੇ ਆ ਇਹ ਦਸੰਬਰ ਔਰ ਜਨਵਰੀ ਦੇ ਵਿੱਚ ਅੰਡਿਆਂ ਦੇ ਵਿੱਚੋਂ ਬੱਚੇ ਨਿਕਲਦੇ ਆ ਬੱਚਾ ਜਿਹੜਾ ਵਾ ਉਹ ਜਨਵਰੀ ਦੇ ਵਿੱਚ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਕਹਿ ਲੋ ਕਿ ਜਨਵਰੀ ਦੀ 1 ਤੋਂ ਲੈ ਕੇ 10 ਤਾਰੀਖ ਤੱਕ ਬੱਚਾ ਉੱਪਰ ਆਣਾ ਸ਼ੁਰੂ ਹੋ ਜਾਂਦਾ ਵਾ ਜਿਹੜਾ ਕਿ ਬਿਲਕੁਲ ਜੂਨ ਸਾਈਜ਼ ਦੇ ਵਿੱਚ ਹੁੰਦਾ ਵਾ ਔਰ ਇਹਦੀ ਰੰਗਤ ਜਿਹੜੀ ਹੁੰਦੀ ਆ ਲਾਈਟ ਬ੍ਰਾਊਨ ਕਲਰ ਦੀ ਹੁੰਦੀ ਆ ਇਹ ਜੂਨ ਸਾਈਜ਼ ਦੇ ਵਿੱਚ ਉੱਪਰ ਚੜਨਾ ਸ਼ੁਰੂ ਹੁੰਦਾ ਵਾ ਦੋਸਤੋ ਇਹਦੇ ਵਿੱਚ ਦੋ ਤਰ੍ਹਾਂ ਦੀ ਗਧੇੜੀ ਹੈਗੀ ਹੈ ਇੱਕ ਹੈਗੀ ਆ ਬਾਲਗ ਨਰ ਔਰ ਇੱਕ ਹੈਗੀ ਆ ਮਾਦਾ ਮਾਦਾ ਜਿਹੜੀ ਹੁੰਦੀ ਆ ਉਹਦੇ ਵਿੱਚ ਉਹਦੇ ਉੱਪਰ ਵਾਈਟ ਕਲਰ ਦੇ ਤੁਹਾਨੂੰ ਸਫੈਦ ਕਲਰ ਦਾ ਜਿਸ ਤਰ੍ਹਾਂ ਰੂਈ ਹੁੰਦੀ ਆ ਇਸ ਤਰ੍ਹਾਂ ਦਾ ਉਹ ਤੁਹਾਨੂੰ ਨਜ਼ਰ ਆਏਗਾ ਉਹ ਹੁੰਦੀ ਆ ਮਾਦਾ ਜਿਹੜੀ ਨਰ ਹੁੰਦੀ ਆ ਨਰ ਜਿਹੜੀ ਆ ਉਹ ਲਾਈਟ ਬਰਾਊਨ ਕਲਰ ਦੇ ਵਿੱਚ ਹੁੰਦੀ ਆ ਉਹ ਲੇਕਿਨ ਨਰ ਬਹੁਤ ਘੱਟ ਪਾਈ ਜਾਂਦੀ ਆ ਮਾਦਾ ਬਹੁਤ ਜ਼ਿਆਦਾ ਹੁੰਦੀ ਆ ਦੋਸਤੋ ਇਹਦੇ ਵਾਸਤੇ ਇਹਦੀ ਮੈਨੇਜਮੈਂਟ ਵਾਸਤੇ ਸਭ ਤੋਂ ਪਹਿਲੇ ਅਸੀਂ ਪਲੈਨਿੰਗ ਕਰਾਂਗੇ ਕਿ ਇਹਨੂੰ ਕਿਸ ਤਰ੍ਹਾਂ ਸੀ ਇਹਦੇ ਤੋਂ ਮਹਿਫੂਜ਼ ਰਹਿ ਸਕਦੇ ਆ ਆਪਣੀ ਫਸਲ ਨੂੰ ਅਸੀਂ ਕਿਸ ਤਰ੍ਹਾਂ ਇਹਦੇ ਤੋਂ ਬਚਾ ਸਕਦੇ ਆ ਸਭ ਤੋਂ ਪਹਿਲੇ ਇਹ ਤਾਂ ਇਹ ਹੈ ਕਿ ਇਹਦਾ ਅੰਡਿਆਂ ਦਾ ਅਮਲ ਜਿਹੜਾ ਵਾ ਉਹ ਜੁਲਾਈ ਔਰ ਅਗਸਤ ਦੇ ਵਿੱਚ ਜਿਹੜੀ ਮਾਦਾ ਹੁੰਦੀ ਆ ਉਹ ਜ਼ਮੀਨ ਦੇ ਅੰਦਰ ਤਹਿ ਦੇ ਵਿੱਚ ਆਪਣੇ ਅੰਡੇ ਦਿੰਦੀ ਆ ਔਰ ਅੰਡਾ ਜਿਹੜਾ ਇਹਦਾ ਹੁੰਦਾ ਵਾ ਜ਼ਮੀਨ ਦੇ ਵਿੱਚ ਉੱਪਰਲੀ ਸਤ੍ਹਾ ਤੋਂ 3 ਇੰਚ ਦੀ ਗਹਿਰਾਈ ਤੇ ਇਹਦਾ ਅੰਡਾ ਹੁੰਦਾ ਵਾ ਨੀਚੇ ਠੀਕ ਹੈ ਦੋਸਤੋ ਇਹਦਾ ਸਭ ਤੋਂ ਬਿਹਤਰੀਨ ਹਲ ਤੇ ਇਹ ਹੈਗਾ ਵਾ ਕਿ ਇਹਨੂੰ ਅਸੀਂ ਨਵੰਬਰ ਦੇ ਵਿੱਚ ਅਸੀਂ ਗੋਡੀ ਦਾ ਅਮਲ ਸ਼ੁਰੂ ਕਰੀਏ ਗੋਡੀ ਕਰਾਂਗੇ ਤੇ ਉਹਦੇ ਨਾਲ ਅੰਡੇ ਜਿਹੜੇ ਹੈਗੇ ਉਹ ਤਲਫ ਹੋਣਾ ਸ਼ੁਰੂ ਹੋ ਜਾਣਗੇ ਜ਼ਾਇਆ ਹੋਣਾ ਸ਼ੁਰੂ ਹੋ ਜਾਣਗੇ ਠੀਕ ਹੈ ਫਿਰ ਉਸ ਤੋਂ ਬਾਅਦ ਇਹ ਹੈ ਕਿ ਦਸੰਬਰ ਦੇ ਵਿੱਚ ਇਹਨਾਂ ਅੰਡਿਆਂ ਦੇ ਵਿੱਚੋਂ ਬੱਚੇ ਨਿਕਲਣ ਦਾ ਅਮਲ ਸ਼ੁਰੂ ਹੁੰਦਾ ਵਾ ਬੱਚੇ ਨਿਕਲਣ ਦਾ ਅਮਲ ਜਦੋਂ ਹੁੰਦਾ ਵਾ ਉਸ ਤੋਂ ਬਾਅਦ ਦਸੰਬਰ ਐਂਡ ਜਾਂ ਜਨਵਰੀ ਦੇ ਵਿੱਚ ਜਨਵਰੀ ਦੀ 10 ਤਾਰੀਖ ਤੱਕ ਇਹ ਬੱਚਾ ਜਿਹੜਾ ਵਾ ਉੱਪਰ ਆਣਾ ਸ਼ੁਰੂ ਹੁੰਦਾ ਵਾ ਅਸੀਂ ਇਹਨੂੰ ਮੋਸਟਲੀ ਜ਼ਿਆਦਾਤਰ ਇੱਕ ਉਸੇ ਹੀ ਸਟੇਜ ਤੇ ਕਵਰ ਕਰਨੇ ਦੀ ਕੋਸ਼ਿਸ਼ ਕਰਾਂਗੇ ਉਹਦਾ ਸਭ ਤੋਂ ਬਿਹਤਰੀਨ ਹੱਲ ਹੈਗਾ ਵਾ ਕਿ ਗੋਡੀ ਕਰਾਂਗੇ ਔਰ ਫਿਰ ਸਾਡੇ ਕੋਲ ਬਾਇਓਟ੍ਰੈਕ ਇੰਟਰਪ੍ਰਾਈਜ਼ ਦੇ ਪਲੇਟਫਾਰਮ ਤੋਂ ਪ੍ਰੋਡਕਟ ਹੈ ਕਲੋਰ ਗਾਰਡ ਕਲੋਰ ਗਾਰਡ ਇੱਕ ਬਹੁਤ ਅੱਛਾ 10% ਦੇ ਵਿੱਚ ਦਾਣੇਦਾਰ ਜ਼ਹਿਰ ਹੈਗਾ ਵਾ ਜਿਹੜਾ ਕਿ ਅਸੀਂ ਪੌਦੇ ਦੇ ਤਨੇ ਤੋਂ ਥੱਲੇ ਗੋਡੀ ਕਰਕੇ ਇਹਦਾ ਅਸੀਂ نیچے ਜਿਹੜਾ ਹੈਗਾ ਵਾ ਇਹਦਾ ਅਸੀਂ ਕੇਰਾ ਕਰਾਂਗੇ ਜਾਂ ਛੱਟਾ ਦੇ ਦਾਂਗੇ ਛੱਟਾ ਦੇ ਕੇ ਉਹਦੇ ਨਾਲ ਕੀ ਹੋਏਗਾ ਕਿ ਅੰਡੇ ਜਿਹੜੇ ਹੈਗੇ ਆ ਉਹ ਜ਼ਮੀਨ ਦੇ ਅੰਦਰ ਹੀ ਖਤਮ ਹੋ ਜਾਣਗੇ ਉਸ ਤੋਂ ਬਾਅਦ ਇਹ ਹੈ ਕਿ ਜਿਹੜੇ ਬੱਚੇ ਬਾਹਰ ਨਿਕਲਦੇ ਆ ਬੱਚੇ ਵੀ ਇਹਦੇ ਨਾਲ 70 ਤੋਂ 80% ਜਿਹੜੇ ਹੈਗੇ ਆ ਬੱਚੇ ਇਹਦੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਉੱਥੇ ਹੀ ਲੇਕਿਨ ਦੋਸਤੋ ਗਧੇੜੀ ਇੱਕ ਵਾਹਦ ਇਸ ਤਰ੍ਹਾਂ ਦੀ ਚੀਜ਼ ਹੈਗੀ ਆ ਜਿਹੜੀ ਕਿ ਸਾਰੀ ਜ਼ਮੀਨ ਦੇ ਵਿੱਚ ਅਸੀਂ ਖਤਮ ਨਹੀਂ ਕਰ ਸਕਦੇ ਉਹਦਾ ਕੀ ਹੋਏਗਾ ਕਿ ਗਧੇੜੀ ਜਨਵਰੀ ਦੇ ਵਿੱਚ ਉੱਪਰ ਆਣੀ ਸ਼ੁਰੂ ਹੋ ਜਾਏਗੀ ਉੱਪਰ ਆਣੀ ਜਦੋਂ ਸ਼ੁਰੂ ਹੋਏਗੀ ਬਿਲਕੁਲ ਜੂਨ ਸਾਈਜ਼ ਦੇ ਵਿੱਚ ਲਾਈਟ ਬਰਾਊਨ ਕਲਰ ਦੇ ਵਿੱਚ ਇਹ ਹੋਏਗੀ ਠੀਕ ਹੈ ਅਸੀਂ ਉਸ ਸਟੇਜ ਤੇ ਫਿਰ ਅਸੀਂ ਕੀ ਕਰਾਂਗੇ ਫਿਰ ਅਸੀਂ ਇੱਕ ਪ੍ਰੋਡਕਟ ਦਵਾਂਗੇ ਕੋਸਟ ਕੋਸਟ ਪ੍ਰੋਡਕਟ ਜਿਹੜਾ ਹੈਗਾ ਵਾ ਇਹ ਬਾਇਓਟ੍ਰੈਕ ਦੇ ਪਲੇਟਫਾਰਮ ਤੋਂ ਅਸੀਂ ਦਵਾਂਗੇ ਠੀਕ ਹੈ ਇਹ ਇਹਦੇ ਵਿੱਚ ਜ਼ਹਿਰ ਹੈਗਾ ਮਥੀਡਾ ਥਿਆਨ ਮਥੀਡਾ ਥਿਆਨ ਜ਼ਹਿਰ ਜਿਹੜਾ ਵਾਹਦ ਇੱਕ ਸਰਾਇਤ ਪਜ਼ੀਰ ਜ਼ਹਿਰ ਇਸ ਤਰ੍ਹਾਂ ਦਾ ਹੈਗਾ ਵਾ ਕਿ ਗਧੇੜੀ ਨੂੰ 100% ਇਨਸ਼ਾਅੱਲਾ ਕਵਰ ਕਰ ਲੇਗਾ ਇਹਦਾ ਜਦੋਂ ਅਸੀਂ ਜਨਵਰੀ ਜਾਂ ਫਰਵਰੀ ਦੇ ਵਿੱਚ ਇਹਦਾ ਸਪਰੇਅ ਕਰਾਂਗੇ ਅਸੀਂ ਇਹਦੀ ਡੋਜ਼ ਰੱਖਾਂਗੇ 1 ਐਮਐਲ 1 ਲੀਟਰ ਪਾਣੀ ਦੇ ਵਿੱਚ 1 ਐਮਐਲ 1 ਲੀਟਰ ਪਾਣੀ ਦੇ ਵਿੱਚ ਜਦੋਂ ਅਸੀਂ ਸਪਰੇਅ ਕਰਾਂਗੇ ਇਹ ਉੱਥੇ ਕਵਰ ਹੋਣਾ ਸ਼ੁਰੂ ਹੋ ਜਾਏਗੀ ਦੋਸਤੋ ਕਿਉਂਕਿ ਇਸ ਤਰ੍ਹਾਂ ਹੈ ਕਿ ਫਰਵਰੀ ਦੇ ਵਿੱਚ ਫਰਵਰੀ ਐਂਡ ਜਾਂ ਮਾਰਚ ਦੇ ਵਿੱਚ ਸਾਡਾ ਫਲਾਵਰਿੰਗ ਦਾ ਅਮਲ ਸ਼ੁਰੂ ਹੋ ਜਾਂਦਾ ਪੌਦੇ ਦਾ ਅਸੀਂ ਇਹਦੀ ਜ਼ਿਆਦਾ ਡੋਜ਼ ਵੀ ਉੱਥੇ ਨਹੀਂ ਕਰ ਸਕਦੇ ਹੈਗੇ ਅਗਰ ਜ਼ਿਆਦਾ ਡੋਜ਼ ਕਰਾਂਗੇ ਤੇ ਉਹ ਨਵੀਂ ਫਲਾਵਰਿੰਗ ਜਿਹੜੀ ਹੈਗੀ ਉਹ ਸਾਡੀ ਡਿਸਟਰਬ ਹੋਏਗੀ ਫਰੂਟਿੰਗ ਸਾਡੀ ਡਿਸਟਰਬ ਹੋਏਗੀ ਐਸ ਲਈ ਅਸੀਂ 1 ਐਮ ਐਲ 1 ਲੀਟਰ ਪਾਣੀ ਦੇ ਵਿੱਚ ਇਸਤੇਮਾਲ ਕਰਾਂਗੇ ਕੁਝ ਲੋਕ ਬੋਮ ਦੇ ਨਾਲ ਕਰਦੇ ਆ ਕੁਝ ਲੋਕ ਸੋਲੋ ਨਾਲ ਕਰਦੇ ਆ ਉਸ ਹਿਸਾਬ ਨਾਲ ਆਪਣੀ ਡੋਜ਼ ਜਿਹੜੀ ਆ ਉਹ ਐਡਜਸਟ ਕਰ ਸਕਦੇ ਆ ਉਸ ਤੋਂ ਬਾਅਦ ਇਹ ਹੈ ਕਿ 100% ਦੇ ਦੀ ਉਹ ਸਟੇਜ ਤੇ ਕਵਰ ਨਹੀਂ ਹੁੰਦੀ ਇਹ ਉਹਦੇ ਨਾਲ ਠੀਕ ਹੈ ਫਿਰ ਗਦੇੜੀ ਜਿਹੜੀ ਆ ਬਾਲਗ ਹੋਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਬਾਲਗ ਹੁੰਦੀ ਹੈ ਜਿਹੜੀ ਤੇ ਹੁੰਦੀ ਆ ਮਾਦਾ ਗਰੇੜੀ ਉਹਦੇ ਉੱਪਰ ਵਾਈਟ ਕਲਰ ਦੇ ਸਫੈਦ ਕਲਰ ਦਾ ਉਹਦੇ ਉੱਪਰ ਰੁਈ ਨਾ ਇੱਕ ਛਿੱਲੀ ਆ ਜਾਂਦੀ ਹੈ ਉਹਦੇ ਉੱਪਰ ਉਹਦਾ ਕਵਰ ਹੋ ਜਾਂਦੀ ਆ ਉਹ ਉਹਨੂੰ ਅਸੀਂ ਖਤਮ ਕਿਸ ਤਰ੍ਹਾਂ ਕਰਾਂਗੇ ਕਿ ਫਿਰ ਜਦੋਂ ਬੜੀ ਹੋ ਗਈ ਮਸਰੀ ਬੰਨੇ ਦਾ ਸਾਡਾ ਅਮਲ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਹੁਣ April ਸਟਾਰਟ ਹੋ ਗਿਆ ਵਾ March ਐਂਡ ਜਾਂ April ਦੇ ਵਿੱਚ ਸਾਡਾ ਮਸਰੀ ਦਾ ਅਮਲ ਸ਼ੁਰੂ ਹੋ ਜਾਂਦਾ ਵਾ ਉਸ 스테ਜ ਤੇ ਫਿਰ ਅਸੀਂ ਡੇਟ ਤੋਂ 2 ਐਮ ਐਲ ਫੀ ਲੀਟਰ ਪਾਣੀ ਦੇ ਵਿੱਚ ਅਸੀਂ ਕੋਸਟ ਦਾ ਸਪਰੇਅ ਕਰਾਂਗੇ ਉਹਦੇ ਨਾਲ ਅਸੀਂ ਇਸ ਇਸ ਤਰ੍ਹਾਂ ਬਿਹਤਰੀਨ ਮੈਨੇਜਮੈਂਟ ਕਰਕੇ ਸਟੈਪ ਬਾਈ ਸਟੈਪ ਮੈਨੇਜਮੈਂਟ ਕਰਕੇ ਅਸੀਂ ਗਧੇੜੀ ਤੋਂ छुटਕਾਰਾ ਹਾਸਲ ਕਰ ਸਕਦੇ ਹਾਂ ਦੋਸਤੋ ਮੈਂ ਦੁਬਾਰਾ ਅਰਜ਼ ਕਰ ਰਹੇ ਹਾਂ ਕਿ ਗਧੇੜੀ ਜਿਹੜੀ ਹੈਗੀ ਹੈ ਇਹ ਸਭ ਤੋਂ ਜ਼ਿਆਦਾ ਨੁਕਸਾਨ ਪੌਦੇ ਦਾ ਕਰਦੀ ਹੈ ਕਿ ਪੌਦੇ ਦੀ ਪੌਦੇ ਦੇ ਪੱਤੇ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਤੁਸੀਂ ਪੱਤਿਆਂ ਨੂੰ ਹੱਥ ਲਗਾਉਂਦੇ ਹੋ ਤੇ ਚਿਪਚਪਾहट ਨਜ਼ਰ ਆਏਗੀ ਤੁਹਾਨੂੰ ਠੀਕ ਹੈ ਔਰ ਉਸ ਤੋਂ ਬਾਅਦ ਫਿਰ ਇਹ ਹੈ ਕਿ ਫਰੂਟ ਦੀ ਪ੍ਰੋਡਕਸ਼ਨ ਬਹੁਤ ਘੱਟ ਹੋਏਗੀ ਫਰੂ ਪੌਦੇ ਦੇ ਵਿੱਚ ਕੂਵਤ ਤੇ ਮਦਾਫਤ ਕਮ ਹੋ ਜੇਗੀ ਤੁਹਾਡੇ ਫਰੂਟ ਸ਼ੈਡਿੰਗ ਬਹੁਤ ਜ਼ਿਆਦਾ ਹੋਏਗੀ ਫਰੂਟ ਕਿਰਨਾ ਸ਼ੁਰੂ ਹੋ ਜਾਂਦਾ ਵਾ ਔਰ ਫਰੂਟ ਦੇ ਉੱਪਰ ਸ਼ਾਈਨਿੰਗ ਜਿਹੜੀ ਹੁੰਦੀ ਉਹ ਵੀ ਖਤਮ ਹੋ ਜਾਂਦੀ ਹੈ ਇਸ ਲਈ ਇਹਦਾ ਬਰ ਬਕਤ ਤਦਾਰਕ ਕੀਤਾ ਜਾਵੇ ਕਿ ਅਸੀਂ ਇਹਨੂੰ ਇੱਕ ਮੈਨੇਜਮੈਂਟ ਕਰਕੇ ਮੈਨੇਜਮੈਂਟ ਸਿਰਫ ਇਦਾਂ ਮਹੀਨਿਆਂ ਦੇ ਵਿੱਚ ਹੀ ਨਹੀਂ ਹੋਏਗੀ ਇਹਦੀ ਮੈਨੇਜਮੈਂਟ ਜਿਹੜੀ ਅਸੀਂ ਕਰਾਂਗੇ ਅਸੀਂ ਦਸੰਬਰ ਤੋਂ ਪਲੈਨਿੰਗ ਕਰਨਾ ਸ਼ੁਰੂ ਕਰਾਂਗੇ ਨਵੰਬਰ ਔਰ ਦਸੰਬਰ ਤੋਂ ਹੀ ਦੀ ਪਲੈਨਿੰਗ ਕਰਾਂਗੇ ਗੋਡੀ ਦਾ ਅਮਲ ਸਭ ਤੋਂ ਪਹਿਲੇ ਕਰਾਂਗੇ ਉਸ ਤੋਂ ਬਾਅਦ ਦਾਣੇਦਾਰ ਜ਼ਹਿਰ ਜਿਹੜੀ ਮੈਂ ਤੁਹਾਨੂੰ ਕਲੋਰਗਾਰਡ 10% ਅਸੀਂ ਬਾਇਓਟ੍ਰੈਕ ਦੇ ਪਲੇਟਫਾਰਮ ਤੋਂ ਲੈ ਕੇ ਆਏ ਹੋਏ ਆ ਇਹ ਤੁਹਾਨੂੰ ਅਸੀਂ ਦਵਾਂਗੇ ਉਹਦੇ ਨਾਲ ਤੁਸੀਂ ਇੱਕ ਜ਼ਮੀਨ ਦੇ ਅੰਦਰ ਹੀ ਅਸੀਂ ਇਹਦਾ 70 ਤੋਂ 80% ਖਾਤਮਾ ਕਰਾਂਗੇ ਬਾਕੀ ਜਿਹੜੀ ਬਚੀਏਗੀ ਉਹ ਉੱਪਰ ਆਏਗੀ ਉੱਪਰ ਅਸੀਂ ਸਪਰੇਅ ਕੋਸਟ ਜਿਹੜਾ ਪ੍ਰੋਡਕਟ ਹੈਗਾ ਵਾ ਉਹਦੇ ਨਾਲ ਅਸੀਂ ਇਹਦਾ ਸਪਰੇਅ ਕਰਕੇ ਖਾਤਮਾ ਕਰ ਸਕਾਂਗੇ ਔਰ ਅਸੀਂ ਆਪਣੀ ਫਸਲ ਨੂੰ ਇਸ ਨੁਕਸਾਨ ਦੇ ਬਹੁਤ ਜ਼ਿਆਦਾ ਨੁਕਸਾਨ ਦੇ ਜਿਹੜਾ ਕੀੜਾ ਹੈਗਾ ਵਾ ਇਹਦੇ ਤੋਂ ਅਸੀਂ ਛੁਟਕਾਰਾ ਹਾਸਲ ਕਰ ਸਕਦੇ ਆ ਦੋਸਤੋ ਗਦੇੜੀ ਦੇ ਮਤਲਕ ਮਿਲੀਬਗ ਦੇ ਮਤਲਕ ਜਿਹੜੇ ਪ੍ਰੋਡਕਟ ਮੈਂ ਤੁਹਾਨੂੰ ਅੱਜ ਇੰਟਰੋਡਿਊਸ ਕਰਵਾਏ ਆ ਇਹਨਾਂ ਪ੍ਰੋਡਕਟਾਂ ਔਰ ਉਸ ਤੋਂ ਬਾਅਦ ਹੈ ਕਿ ਆ ਕੋਸਟ ਇਹ ਦੋਨੋਂ ਪ੍ਰੋਡਕਟ ਜਿਹੜੇ ਹੈਗੇ ਆ ਗਧੇੜੀ ਮੈਨੇਜਮੈਂਟ ਵਾਸਤੇ ਦੀ ਬੈਸਟ ਪ੍ਰੋਡਕਟ ਹੈਗੇ ਆ ਔਰ ਇਹ ਤੁਹਾਨੂੰ ਮਿਲਣਗੇ ਕਿੱਥੋਂ ਮਿਲਨੇ ਆ ਤੁਹਾਨੂੰ ਇਹ ਬਾਇਓਟ੍ਰੈਕ ਇੰਟਰਪ੍ਰਾਈਜ਼ ਦੀ ਫਰਾਂਚਾਈਜ਼ ਸਾਡਾ ਸਿਸਟਮ ਹੈਗਾ ਬਾ ਫਰਾਂਚਾਈਜ਼ ਜਿਹੜੀ ਹੈਗੀ ਆ ਸਾਡੀ ਪੀਰਮਹਲ ਹੈ ਚੇਅਰਮੈਨ মনির ਐਂਡ ਸਨਜ਼ ਐਗਰੋ ਟਰੇਡਰਸ ਰਜਾਨਾ ਰੋਡ ਗੌਸੀਆ ਚੌਕ ਪੀਰਮਹਲ ਇਹ ਦੋਨੋਂ ਪ੍ਰੋਡਕਟ ਜਿਹੜੇ ਤੁਹਾਨੂੰ ਹੈਗੇ ਆ ਉਥੋਂ ਅਵੇਲੇਬਲ ਹੋਣਗੇ ਉਥੋਂ ਹਰ ਟਾਈਮ ਤੁਹਾਨੂੰ ਮਿਲ ਸਕਦੇ ਆ ਚੌਧਰੀ ਅਸਗਰ ਸਾਹਿਬ ਉੱਥੇ ਮੌਜੂਦ ਹੁੰਦੇ ਨੇ ਉਹ ਤੁਹਾਨੂੰ ਇਹ ਪ੍ਰ